बिस्मिल्लाहिर्रहमानिर्रहीम रहीम असलम तो क्या हाल चाल है जी तेजी सब का उम्मीद करनी कि सब खैरियत हो गए अज जी मैं थोड़े वास्ते बना लगी सड़ी मगर होया इस तरह के एक तो मोबाइल जरा भी मेरा बैटरी वो डैड हो गई और चार्ज नहीं किया दूसरा लाइट काफ़ी टाइम तो गई हुई सी खैर कड़ी पका सी और पकने भी टाइम लगता ਤਕੜੀ ਜਿਹੜੀ ਐ ਮੈਂ ਉਹ ਪਕਾਉਣ ਵਾਸਤੇ ਉੱਪਰ ਰੱਖ ਦਿੱਤੀ ਮਗਰ ਜਦੋਂ ਲਾਈਟ ਆਈ ਤੇ ਕੜੀ ਮੇਰੀ ਪੱਕ ਚੁੱਕੀ ਸੀ ਔਰ ਰੈਡੀ ਹੋ ਰਿਹਾ ਸੰ ਸਾਡੇ ਪਕੌੜੇ ਤੇ ਕੜੀ ਪਾਸਤੇ ਮੇਰੇ ਕੋਲੋਂ 1 ਕਿਲੋ ਦਹੀਂ ਸੀ ਔਰ ਉਹਦੇ ਵਿੱਚ ਮੈਂ ਤਕਰੀਬਨ 1.5 ਲੀਟਰ ਪਾਣੀ ਪਾਇਆ ਉਹਨੂੰ ਅੱਛੀ ਤਰ੍ਹਾਂ ਗ੍ਰाइंड ਕਰ ਲਿਆ ਉਹਦੇ ਵਿੱਚ ਮੈਂ 4 ਚਮਚ ਬੜੇ ਡੂੰਘੇ ਭਰੇ ਜਿਹੜੇ ਨੇ ਉਹ ਬੇਸਨ ਦੇ ਪਾਏ ਪਾ ਕੇ ਉਹਨੂੰ ਅੱਛੀ ਤਰ੍ਹਾਂ ਮਿਕਸ ਕੀਤਾ ਦੂ ਪਿਆਜ਼ ਕੱਟੇ ਇਆਜ਼ ਛੁੱਟੇ ਮੈਂ ਜੀਕਿਓ ਦੇ ਵਿੱਚ ਆਪਣੀ ਮਰਜ਼ੀ ਦੇ ਮੁਤਾਬਕ ਕਿਓ ਆਇਲ ਜੋ ਵੀ ਪਾਦੇ ਉਹਨਾਂ ਹੀ ਇਸਤੇਮਾਲ ਕਰਨਾ ਫਿਰ ਅਸੀਂ ਉਹਦੇ ਵਿੱਚ ਪਿਆਜ਼ ਪਾਈ ਲਸਣ ਅਦਰਕ ਦਾ ਪੇਸਟ ਜਦੋਂ ਪਿਆਜ਼ ਗੋਲਡਨ ਬ੍ਰਾਊਨ ਹੋ ਗਏ ਉਹ ਪਾ ਛੱਡੇ ਤੇ ਲਸਣ ਅਦਰਕ ਦਾ ਪੇਸਟ ਪਾਇਆ ਨਮਕ ਮਿਰਚ ਹਲਦੀ ਹਲਦੀ ਜ਼ਰਾ ਜ਼ਿਆਦਾ ਕੁਆਂਟੀਟੀ ਦੇ ਵਿੱਚ ਇੱਕ ਅਦਦ ਮੈਂ ਟਮਾਟਰ ਪਾਇਆ ਪਾ ਕੇ ਚੰਗੀ ਤਰ੍ਹਾਂ ਮਸਾਲਾ ਪੁੰਲ ਕੇ ਸੁੱਕਾ ਧਨੀਆ ਜੀਰਾ ਪਾ ਕੇ ਉਹਨੂੰ ਭੁੰਨ ਲਿਆ ਚੰਗੀ ਤਰ੍ਹਾਂ ਫਿਰ ਅਸੀਂ ਕੀ ਕੀਤਾ ਕਿ ਜਿਹੜਾ ਮਿਕਸਚਰ ਕੜੀ ਦਾ ਤਿਆਰ ਆ ਸੀ ਉਹਦੇ ਵਿੱਚ ਸ਼ਾਮਲ ਕਰਕੇ ਤੇ ਫਿਰ ਜੀ ਉਹਨੂੰ ਪੱਕਣ ਦਿੱਤਾ ਤੇ ਨਾਲ ਹੀ ਅਸੀਂ ਬਣਾਏ ਪਕੌੜਿਆਂ ਦਾ ਸਮਾਨ ਪਕੌੜਿਆਂ ਵਾਸਤੇ ਮੈਂ ਆਲੂ ਪਿਆਜ਼ ਇਹ ਜ਼ਿਆਦਾ ਕੁਆਂਟੀਟੀ ਐ ਚ ਪਾਈ ਔਰ ਹਰੀਆਂ ਮਿਰਚਾਂ ਵੀ ਔਰ ਉਸ ਤੋਂ ਬਾਅਦ ਮੈਂ ਲਸਣ ਤੇ ਅਦਰਕ ਕੁਟਕੇ ਪਕੌੜੀਆਂ ਚ ਪੰਨੀ ਹੁੰਨੀ ਹੈ ਅਗਰ ਤੇ ਹਰਾ ਲਸਣ ਹੋਏ ਤੇ ਫਿਰ ਕੁੱਟਣ ਦੀ ਜ਼ਰੂਰਤ ਨਹੀਂ ਉਹਨੂੰ ਹੀ ਬਰੀਕ ਬਰੀਕ ਕੱਟ ਕੇ ਉਹਦੇ ਵਿੱਚ ਤੁਸੀਂ ਪਾ ਲਓ ਅੱਛੀ ਤਰ੍ਹਾਂ ਜਿਹੜਾ ਵੀ ਉਹਦਾ ਮਿਕਸਰ ਨੂੰ ਘੋਲ ਲਿਆ ਨਮਕ ਮਿਰਚ ਵਿੱਚ ਪਾ ਕੇ ਜੀਰਾ ਸੁੱਕਾ ਧਨੀਆ ਮੋਟਾ ਮੋਟਾ ਕੁੱਟ ਕੇ ਉਹ ਪਾਇਆ ਪਕੌੜੀਆਂ ਦੇ ਵਿੱਚ ਮੈਂ ਹਮੇਸ਼ਾ ਕ੍ਰਸ਼ਟ ਚਿਲੀ ਜਿਹੜੀ ਹੈ ਉਹ ਪਾਉਣੀ ਹੁੰਦੀ ਹੈ ਯਾਨੀ ਕਿ ਚਿਲੀ ਫਲੈਕਸ ਤੁਸੀਂ ਕਹਿ ਸਕਦੇ ਹੋ ਉਹਨੂੰ ਤੇ ਨਾਲ ਜੀ ਕਿਹੜੀ ਜੀਦੂ ਹੋ ਗਈ ਰੈਡੀ ਉਹਨੂੰ ਲਾਇਆ ਤੜਕਾ ਨਾਲ ਲਸੀ ਪਕਾਈਆਂ ਰੋਟੀਆਂ ਤੇ ਰੋਟੀਆਂ ਨੂੰ ਮੱਖਣ ਦੇ ਨਾਲ ਚੋਪੜ ਲਿਆ ਸਾਗ ਤੇ ਕੜੀ ਇਹਦੇ ਨਾਲ ਚੋਪੜੀ ਹੋਈ ਰੋਟੀ ਮੈਨੂੰ ਬਹੁਤ ਹੀ ਪਸੰਦ ਆ ਤੇ ਇਹ ਜੀ ਅੱਜ ਦੀ ਸਾਡੀ ਰੈਸਿਪੀ ਸੀ ਨਾਲ ਫਿਰ ਅਸੀਂ ਕੀ ਕੀਤਾ ਲੋਹੇ ਦੀ ਆਗ ਵਿੱਚ ਅੰਗੀਠੀ ਅੰਗੀਠੀ ਬਾਲੀ ਉਹਦੇ ਉੱਤੇ ਦੋ ਸੀਖਾਂ ਰੱਖੀਆਂ ਤੇ ਉੱਤੇ ਰੱਖ ਦਿੱਤਾ ਆਪਣਾ ਸਿਚਾਏ ਵਾਲਾ ਪੈਨ ਤੇ ਚਾਹ ਬਣਾਈ और चाहे फिर असं की इंजॉय अंगीठी च बल रही थी अग तो कमरा भी हो रहा गरम तो बहुत ज़्यादा ठंड पे मैनू तो पता नहीं उंज भी बहुत लगती है अला तो अलामिया सा सब वास्ते आसानियाँ पैदा करे और सारे वास्ते बहुत सारिया दवाइया और एंड तक कहगी सबनों लव यू ऑल जींदते रहो हसते रहो वसते रहो तो इन शाला फिर मिलागी किसी होर रेसिपी और विलॉग दे